ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਅਜਨਾਲਾ। ਦੋਸਤੋ, ਇੱਕ ਬੜੀ ਅਹਿਮ ਖਬਰ ਆ ਰਹੀ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਇੱਕ ਨਿੱਜੀ ਬੱਸ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਔਰ ਸਿੱਧੀ ਜਾ ਕੇ ਖਾਈ ਦੇ ਵਿੱਚ ਗਿਰ ਗਈ। ਇਸ ਨਾਲ ਰਿਲੇਟਡ ਪੂਰੀ ਖਬਰ ਕੀ ਹੈ, ਚੱਲਦੇ ਹਾਂ ਜੀ ਅਜਨਾਲਾ, ਜਿੱਥੋਂ ਜਗਜੀਤ ਸਿੰਘ ਜੀ ਮੇਰੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਜਗਜੀਤ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ? ਜੀ ਸੋਤਾ ਜੀ, ਸੋਤਾ ਜੀ, ਅੱਜ ਸਵੇਰੇ ਹੀ ਕੋਈ ਸਵੇਰੇ 10 ਵਜੇ ਦੇ ਕਰੀਬ ਹੀ ਇੱਕ ਪ੍ਰਾਈਵੇਟ ਬੱਸ, ਜੋ ਕਿ ਮਿੰਨੀ ਬੱਸ ਆਪਰੇਟ ਹੈਗੀ ਆ, ਉਹ ਬੱਗੇ ਕਲਾਂ ਤੋਂ ਅੰਮ੍ਰਿਤਸਰ ਨੂੰ ਡੇਲੀ ਦੀ ਤਰ੍ਹਾਂ ਜਾ ਰਹੀ ਸੀ ਜੀ। ਤੇ ਅਚਾਨਕ ਜਦੋਂ ਰਾਜਸਥਾਨ ਸੀ ਦੇ ਨੇਹਰੂ ਏਅਰਪੋਰਟ ਤੋਂ ਥੋੜਾ ਪਿੱਛੇ ਹੀ ਇੱਕ ਮੱਛੀ ਫਾਰਮ ਆਉਂਦਾ, ਬਿਲਕੁਲ ਉਹਦੇ ਨਿੱਜੀ ਸਾਹਮਣੇ ਪਹੁੰਚੀ ਤਾਂ ਇੱਕਦਮ ਉਹ ਬੱਸ ਨੂੰ ਕੋਈ ਕਹਿੰਦੇ ਕਿ ਕੋਈ ਨਜ਼ਦੀਕੀ ਖਰਾਬੀ ਕਰਕੇ ਇੱਕਦਮ ਉਹਦਾ ਸੰਤੁਲਨ ਗਵਾਚ ਗਿਆ ਤੇ ਉਹ ਇੱਕਦਮ ਜੀ ਜਾ ਕੇ ਖਾਈ ਗਈ ਦੇ ਪਈ। ਕੋਈ ਜਾਨ ਤੇ ਮਾਲ ਦਾ ਨੁਕਸਾਨ ਤਾਂ ਨਹੀਂ ਹੋਇਆ ਜਗਜੀਤ ਜੀ? ਜੀ ਸਰ, ਉਹਦੇ ਵਿੱਚ ਨਾ ਵੇਖੋ ਜੀ, ਇੱਕ ਬੱਚੀ ਜ਼ਿਆਦਾ ਗੰਭੀਰ ਰੂਪ ਜ਼ਖਮੀ ਹੋਈ ਆ, ਜਿਹਨੂੰ ਉਹ ਅੰਮ੍ਰਿਤਸਰ ਦੇ ਇੱਕ ਸਿਵਲ ਹਸਪਤਾਲ 'ਚ ਐਡਮਿਟ ਕਰਵਾ ਦਿੱਤਾ ਗਿਆ ਵਾ। ਬਾਕੀ ਜਿਹੜੀਆਂ ਸਵਾਰੀਆਂ ਦੱਸੀ ਜਾ ਰਹੀਆਂ ਉਹ ਬਿਲਕੁਲ ਠੀਕ ਨੇ, ਉਹਨਾਂ ਨੂੰ ਮਾਮੂਲੀ ਸੱਟਾਂ ਆਈਆਂ ਨੇ। ਔਰ ਕਿਸੇ ਨਾਲ ਕੋਈ ਗੱਲਬਾਤ ਕੀਤੀ ਜਗਜੀਤ ਜੀ? ਜੀ ਜੀ ਸਰ, ਇਸ ਮਸਲੇ ਜੀ ਸਰ, SHO ਸਾਹਿਬ ਰਾਜਸਥਾਨ ਜੀ ਨਾਲ ਗੱਲ ਹੋਈ ਆ, ਉਹਨਾਂ ਨੇ ਸਾਰੀ ਜਾਣਕਾਰੀ ਇਹਦੇ ਬਾਰੇ ਦੱਸੀ ਆ। ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਕੋਈ 30 ਤੋਂ 35 ਸਵਾਰੀਆਂ ਸਫ਼ਰ ਕਰ ਰਹੀਆਂ ਸੀਗੀਆਂ ਡੇਲੀ ਦੀ ਤਰ੍ਹਾਂ ਹੀ, ਕਿਉਂਕਿ ਜਿਹੜੀਆਂ ਬੱਸਾਂ ਹੈ ਸਵੇਰ ਦੇ ਟਾਈਮ ਤੇ ਤਕਰੀਬਨ ਰਸ਼ ਹੁੰਦਾ ਹੈ ਜੀ, ਤੇ ਉਹ ਜਾ ਰਹੀਆਂ ਸੀਗੀਆਂ ਤੇ ਅਚਾਨਕ ਕੋਈ ਬੱਸ ਦੀ ਕੋਈ ਤਕਨੀਕੀ ਖਰਾਬੀ ਹੋਣ ਕਰਕੇ ਉਹ ਜਿਹੜੀ ਆ ਜੀ ਆਪਣਾ ਸੰਤੁਲਨ ਗਵਾਚ ਗਈ ਤੇ ਉਹ ਜਾ ਕੇ ਖਾਈ ਚੁੱਕੀ। ਬਿਲਕੁਲ ਜੀ, ਔਰ ਇਸ ਸੰਬੰਧ ਵਿੱਚ ਜਗਜੀਤ ਜੀ ਨੇ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਵੀ। ਬੱਸ ਰੋਸਿਆ, ਮਿੰਨੀ ਬੱਸ ਆ, ਝੋਟੀ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ, ਪਰ ਕੋਈ ਟੈਕਨੀਕਲੀ ਫਾਲਟ ਪਿਆ ਜਾਂ ਇਮਬੈਲੈਂਸ ਹੋਣ ਕਰਕੇ ਗੱਡੀ ਜਿਹੜੀ ਆ ਮੱਛੀ ਫਾਰਮ ਦੇ ਨੇੜੇ ਜਿਹੜੀ ਆ ਪਲਟ ਗਈ ਆ, ਜਿਹਦੇ ਵਿੱਚ ਇੱਕ ਲੜਕੀ ਜਿਹੜੀ ਆ ਉਹਨੂੰ ਉਹ ਗੰਭੀਰ ਜ਼ਖਮੀ ਆ, ਜਿਹਨੂੰ 108 ਦੇ ਉੱਤੇ ਹੋਸਪਿਟਲ ਜਿਹੜਾ ਭੇਜ ਦਿੱਤਾ ਗਿਆ। ਬਾਕੀ ਸਵਾਰੀਆਂ ਜਿਹੜੀਆਂ ਉਹਨਾਂ ਦਾ ਬਚਾਅ। ਕਿੰਨੀਆਂ ਕੁ ਸਵਾਰੀਆਂ ਸੀ? ਸਵਾਰੀਆਂ 35-40 ਸਵਾਰੀਆਂ ਸੀਗੀਆਂ, ਓਵਰਲੋਡ ਨਹੀਂ ਸੀ, ਪਰ ਉਹ ਲੜਕੀ ਹੋ ਸਕਦਾ ਬੱਸ 'ਤੇ ਬਾਰਿਸ਼ ਖੜੀ ਆ ਜਾਂ ਜੰਪ ਲੈ ਕੇ ਕਿਤੇ ਗੱਡੀ ਜੰਪ ਲੈਣ ਦੇ ਨਾਲ। ਕਾਰਨ ਕੀ ਰਿਹਾ ਹਾਦਸੇ ਦਾ? ਹਾਦਸੇ ਦੇ ਬਾਰੇ ਤਹਿਕੀਕਾਤ ਕਰ ਰਹੇ ਹਾਂ, ਵੈਰੀਫਾਈ ਕਰਾਂਗੇ। ਕੋਈ ਟੈਕਨੀਕਲੀ ਫਾਲਟ ਪਿਆ ਜਾਂ ਡਰਾਈਵਰ ਨੇ ਕਿ ਉਹ ਲਾਪਰਵਾਹੀ ਆ, ਜੋ ਲਾਪਰਵਾਹੀ ਸਾਹਮਣੇ ਆਈ ਤਾਂ ਸਾਫ਼ ਨਹੀਂ ਕਰ ਰਹੇ। ਮੌਕੇ 'ਤੇ ਨਹੀਂ, ਫਰਾਰ ਹੋ ਗਿਆ, ਉਹ ਆਪਾਂ ਕੋਈ ਨਹੀਂ ਉਹਦੇ ਬਾਰੇ ਵੈਰੀਫਾਈ ਕਰ। ਪਛਾਣ ਹੋਈ ਉਹਦੀ? ਹਾਂਜੀ, ਪਛਾਣ ਹੋ ਗਈ ਡਰਾਈਵਰ ਦੀ? ਡਰਾਈਵਰ ਦੀ ਪਛਾਣ, ਉਹਦੇ ਮਾਲਕ ਜਿਹੜੇ ਆ ਗਏ ਨੇ ਉਹਨਾਂ ਦੇ ਅਸੀਂ ਵੈਰੀਫਾਈ ਕਰ ਰਹੇ ਹਾਂ। ਹਾਂਜੀ ਹਾਂਜੀ, ਕਹਿਣਾ ਚਾਹੋਗੇ ਜੀ? ਹਾਂਜੀ, ਜੋ 20-25 ਦੀ ਸਪੀਡ 'ਤੇ ਆ ਰਹੀ ਅਤੇ ਇਹਦਾ ਮੇਨ ਪੜਾ ਟੁੱਟ ਗਿਆ, ਅਤੇ ਮੇਨ ਪੜਾ ਟੁੱਟ ਗਿਆ, ਡਰਾਈਵਰ ਨੇ ਪੈਸਾ ਕੰਟਰੋਲ ਕੀਤਾ, ਹੋਰ ਵੇਖੋ ਤੁਹਾਡੇ ਸਾਹਮਣੇ ਮੇਨ ਪੜਾ ਫਿਰ ਫਰੀ ਹੋ ਗਿਆ। ਸੋ ਇਹ ਸੀ ਹੁਣ ਤੱਕ ਦੀ ਅਪਡੇਟ। ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਈਵਨ ਪੰਜਾਬੀ TV ਦੇ ਨਾਲ।